ਪੰਜਾਬ ਬੈਦਰ ਟੀਵੀ ਦੇਖ ਰਹੇ ਸਾਰੇ ਹਿਸਰੋ ਤੈਨ ਪਿਆਰ ਭਰੇ ਸਤਿ ਸ਼੍ਰੀ ਅਕਾਲ ਤੇ ਲੈ ਕੇ ਹਾਜ਼ਰ ਹੋਏ ਅੰਜ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਅੰਜ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੇ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਅੰਜ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ ਪੰਚਾਇਤ ਚੋਣਾਂ ਵਿੱਚ ਆ ਖੂਨੀ ਜੰਗ ਸੀਮਾ ਭਗਵੰਤ ਮਾਨ ਦੀਆਂ ਨਸੀਹਤਾਂ ਤੋਂ ਬੇਪਰਵਾਹ ਲੀਡਰ ਪੰਚਾਇਤੀ ਚੋਣਾਂ ਦੇ ਅੰਦਰ ਅਵਿਰੋਧੀ ਤਰਾਂਤਾ ਛੱਡਵਾ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ਨੇ ਵੀ ਮੁੱਖ ਮੰਤਰੀ ਭਗਵੰਤ ਸੰਮਾਨ ਦੇ ਨਸੀਹਤ ਨੂੰ ਕੋਈ ਵੀ ਤਵੱਜੋ ਨਹੀਂ ਦਿੱਤੀ। ਸੀ ਅਮਾਨੇ ਸੱਸੀ ਪਾਰਟੀਆਂ ਨੂੰ ਪੰਚਾਇਤੀ ਚੋਣਾਂ ਤੋਂ ਦੂਰ ਰਹਿਣ ਦੇ ਲਈ ਕਿਹਾ ਸੀ ਪਰ ਇਸ ਵਾਰ ਤਾਂ ਪਹਿਲਾ ਦਿਨ ਨਾਲ ਵਿਵਾਦਾਂ ਖੂਨੀ ਖੇੜਾ ਖੇਡੇਗੇ VOTING ਤੋਂ ਪਹਿਲਾਂ ਹੀ ਕਈ ਥਾਈਂ ਗੋਲੀਆਂ ਚੱਲਣ ਵਿਰੁੱਧੀਆਂ ਦੇ ਕਾਗਜ਼ ਪਾੜਨ ਅਤੇ ਨਾਮਜਦਗੀਆਂ ਰਾਦ ਕਰਵਾਉਂਦੀਆਂ ਰਿਪੋਰਟਾਂ ਆਈਆਂ ਹਨ। ਉਧਰਾ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਡਾਕਟਰ ਧਰਮਵੀਰਾ ਗਾਂਧੀ ਨੇ ਸਤਾਤਰੀ ਆਮ ਆਦਮੀ ਪਾਰਟੀ ਤੇ ਪੰਚਾਇਤੀ ਚੋਣਾਂ ਦੇ ਵਿੱਚ ਧਾਂਦਲੀਆਂ ਦੇ ਦੋਸ਼ ਲਾਉਂਦਿਆਂ ਪੰਜਾਬ ਰਾਜ ਚੋਣ ਅਧਿਕਾਰੀ ਤੇ ਭਾਰਤ ਦੇ ਚੋਣ ਕਮਿਸ਼ਨ ਤੋਂ ਜ਼ਿੰਮੇਵਾਰ ਅਧਿਕਾਰੀਆਂ ਤੇ ਸਤਾਤਰੀ ਧਰ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਿਆ ਤੇ ਉਹਨਾਂ ਨੇ ਕਹਿ ਕੇ ਜੇ ਅਜਿਹਾ ਨਾ ਹੋਇਆ ਤਾਂ ਕਾਂਗਰਸ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਆਗਲੀ ਵੱਡੀ ਖਬਰ ਹੈ ਪੰਜਾਬ ਸਰਕਾਰ ਨੇ ਲਿਆ 11500 ਕਰੋੜ ਰੁਪਏ ਦਾ ਕਰਜ਼ਾ ਮਜੀਠਾ ਨੇ ਕਿਹਾ ਦਿੱਲੀ ਦਾ ਖੜਾ ਛੱਡੋ ਪੰਜਾਬ ਬਚਾਓ 4 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਕਰਜ਼ੇ ਦੇ ਬੋਝ ਦੇ ਥੱਲੇ ਦੱਬੀ ਸਰਕਾਰ ਨੇ ਮੜ ਸਰਕਾਰ ਨੂੰ ਚਲਾਉਣ ਦੇ ਲਈ ਕਰਜ਼ਾ ਲਿਆ ਹੈ ਇਸ ਵਾਰ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 11500 ਕਰੋੜ ਰੁਪਏ ਦਾ ਵੱਡਾ ਕਰਜ਼ਾ ਲਿਆ ਤੇ ਜਿਸ ਨੂੰ 2044 ਤੱਕ ਵਾਪਸ ਕੀਤਾ ਜਾਣਾ ਹੈ ਮ ਜੇਟਾ ਨੇ ਸੋਸ਼ਲ ਮੀਡੀਆ ਦੇ ਉੱਤੇ ਹੱਦੇ ਜਾਣਕਾਰੀ ਸਾਂਝੀ ਕੀਤੀ ਹੈ। ਵਿਕਰਮ ਸੰਗਮ ਜੇਟਾ ਨੇ ਇੱਕ ਅਖਬਾਰ ਦੀ ਖਬਰ ਸਾਂਝੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਨੂੰ ਹੋਰ ਕਰਜ਼ਾਈ ਕਰਨ ਦਾ ਕੰਮ ਜਾਰੀ ਹੁਣ ਚੁੱਕਿਆ 11500 ਕਰੋੜ ਰੁਪਏ ਦਾ ਨਵਾਂ ਕਰਜ਼ਾ। ਪਿਛਲੇ 2.5 ਸਾਲਾਂ ਦੇ ਵਿੱਚ ਸਭਾਏ ਨਵਾਂ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ। ਮਜੀਠਿਆ ਨੇ ਕਿਹਾ ਹੈ ਕਿ ਨਾ ਸੁਭਰ ਵੈਚਾ ਕੋਈ ਵਿਕਾਸ ਕਾਰਜ ਨਾ ਕੋਈ ਬੁਨਿਆਦੀ ਢਾਂਚੇ ਦਾ ਪ੍ਰੋਜੈਕਟ ਨਾ ਕੋਈ ਨਵਾਂ ਨਿਵੇਸ਼ ਨਾ ਮਾ ਅਦਯੋਗਿਕਾ ਨਿਵੇਸ਼ ਅਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸੇਮੇ ਆ ਕਾਲੀਆ ਗੁਣਗੇ ਕਹਿ ਕੇ ਕਾਰਜ ਚੱਕ ਚੱਕ ਸਬਾਈ ਅਰਵਿੰਦਾ ਕੇਜਰੀਵਾਲ ਦੀ ਸਿਵਾ ਕਰਨ ਦੀ ਕੋਈ ਪ੍ਰਾਪਤੀ ਨਹੀਂ ਪੈਸਾ ਪੰਜਾਬ ਦਾ ਮੌਜਾਂ ਦਿਲੇ ਵਾਲੇ ਸਾਹਿਬ ਦੀਆਂ ਕੁਝ ਤਾਂ ਅਕਲ ਤੇ ਹੱਥ ਮਾਰੋ ਭਗਵਾਨਤਮਾਨ ਸਾਹਿਬ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੋ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ 56 ਪੰਜਾਬ ਪੁਲਿਸ ਨੂੰ ਸੌਂਪੀ ਕਮਾਂਡ ਐਕਸ਼ਨ ਦੇ ਮੋੜ ਦੇ ਵਿੱਚ 8000 ਮਲਾਜ਼ਮਾਂ ਪੰਜਾਬ ਦੇ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਉੱਪਰ ਸ਼ਿਕੰਜਾ ਕਸਣ ਦੀ ਤਿਆਰੀ ਹੁਣ ਹਦੀ ਕਮਾਂਡ ਪੰਜਾਬ ਪੁਲਿਸ ਸਾਹਬਾਲੇ ਕੀਤੀ ਗਈ ਹੈ। ਪਰਾਲੀ ਸਾੜਨ ਦੀਆਂ ਘਟਨਾਵਾਂ ਰੋਕਣ ਦੇ ਲਈ ਵੱਖ-ਵੱਖ ਵਿਭਾਗਾਂ ਦੇ ਮਦਦ ਤਾਸਤੇ ਸੀਨੀਅਰ ਅਫਸਰਾਂ ਦੇ ਨਾਲ ਨਾਲ 8000 ਪੁਲਿਸ ਮੁਲਾਜ਼ਮ ਵੀ ਡਿਊਟੀ ਤੇ ਤਾਇਨਾਤ ਕੀਤੇ ਗਏ ਹਨ। ਅਗਲੇ ਦਿਨਾਂ ਦੇ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖਿਲਾਫ ਸਖਤ ਐਕਸ਼ਨ ਦੇਖਣ ਨੂੰ ਮਿਲੇਗਾ। ਹਾਸਲਾ ਜਾਣਕਾਰ ਦੇ ਮੁਤਾਬਕ ਪੁਲਿਸ ਦੀਆਂ ਟੀਮਾਂ ਜਿਨ੍ਹਾਂ ਦੇ ਵਿੱਚ 612 ਉਡਣ ਦਸਤੇ ਜਾਂ ਗਸ਼ਤ ਕਰਨ ਵਾਲੀਆਂ ਪਾਰਟੀਆਂ ਸ਼ਾਮਲ ਹਨ ਇਨਸਪੈਕਟਰ ਤੋਂ ਲੈ ਕੇ ਵਿਸ਼ੇਸ਼ ਡੀਜੀਪੀ ਰੈਂਕ ਦੇ ਅਫਸਰਾਂ ਦੇ ਨਿਗਰਾਨੀ ਦੇ ਹੇਠਾਂ ਜਮੀਨੀ ਪੱਧਰ ਤੇ ਕੰਮ ਕਰਨਗੀਆਂ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਜਾਦਵ ਨੇ ਕਹਿ ਕੇ ਇਹ ਟੀਮਾਂ ਹੋਰਨਾਂ ਵਿਭਾਗਾਂ ਦੇ ਉਡਣ ਦਸਤਿਆਂ ਜਾਂ ਗਸ਼ਤ ਪਾਰਟੀਆਂ ਤੋਂ ਵੱਖਰੇ ਹਨ ਤੇ ਡੀਜੀਪੀ ਜਾਦਵ ਦਾ ਕਹਿਣਾ ਹੈ ਕਿ ਪੁਲਿਸਾਂ ਟੀਮਾਂ ਨੂੰ ਆਮਨ ਤੇ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੇ ਹਦਾਇਤ ਜਾਰੀ ਕੀਤੇ ਗਏ ਹੈ। ਉਹਨਾਂ ਨੇ ਕਹਿ ਕੇ 28 ਪੁਲਿਸ ਜ਼ਿਲ੍ਹਿਆਂ ਦੇ ਮੁਖੀਆਂ ਤੇ ਕਮਿਸ਼ਨਰਾਂ ਏਟ ਨੂੰ অতি ਸੰਵੇਦਨਸ਼ੀਲਾ ਥਾਮਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਮੰਡੀਆਂ ਵਿੱਚ ਚੁੰਨੀ ਦੀ ਖਰੀਦ ਲਈ ਸਰਕਾਰੀ ਪ੍ਰਬੰਧ ਫੇਲ ਹੈ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ। ਭਗਵਾਨਤਮਾਨ ਸਰਕਾਰ ਦੇ ਉਲਪਕਤਾ ਪ੍ਰਬੰਧਾਂ ਦੇ ਬਾਵਜੂਦਾ ਪੰਜਾਬ ਦੇ ਅੰਦਰ ਚੁੰਨੀ ਦੀ ਖਰੀਦ ਦਾ ਲੀ ਦੇ ਉੱਪਰ ਨਹੀਂ ਚੜ ਸਕੀ। ਆਰਤੰਗਾਂ ਮਜ਼ਦੂਰਾਂ ਤੇ ਮੈਲ ਮਾਲਕਾਂ ਦੇ ਅੜਕਿਆਂ ਕਰਕੇ ਝੁੰਨੇ ਦੀ ਸਰਕਾਰੀ ਖਰੀਦ ਦਾ ਪਛੜ ਗਈ। ਬੇਸ਼ੱਕ ਸਰਕਾਰ ਨੇ ਕਾਫੀ ਕੋਸ਼ਿਸ਼ਾਂ ਮਗਰੋਂ ਖਰੀਦ ਦਾ ਰਾਹ ਪੱਧਰਾ ਕਰ ਲਿਆ ਹੈ ਪਰ ਸੂਬੇ ਦੀਆਂ ਕਈ ਮੰਡੀਆਂ ਦੇ ਵਿੱਚ ਹਜੇ ਵੀ ਝੁੰਨੇ ਦੀ ਬੇਕਦਰ ਦੀਆਂ ਰਿਪੋਰਟਾਂ ਆ ਰਹੀਆਂ ਹਨ ਇਸ ਦੇ ਲਈ ਕਿ ਸਾਨਾ ਨੇ ਸੰਘਰਸ਼ ਦਾ ਵਿਗਲ ਅਵਜਾ ਦਿੰਦਾ ਹੈ। ਹਾਸਲ ਜਾਣਕਾਰ ਦੇ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਪੰਜਾਬ ਨੇ ਮੰਡੀਆਂ ਦੇ ਵਿੱਚ ਹੋ ਰਹੀ ਝੋਨੇ ਦੇ ਬੇਕਦਰੇ ਦੇ ਖਿਲਾਫ ਐਕਸ਼ਨ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ ਜਿਹਦੇ ਤਹਿਤ ਮੋਰਚੇ ਦੇ ਆਗੂ ਝੋਨੇ ਦੇ ਖਰੀਦ ਦਾ ਸ਼ੁਰੂ ਕਰਵਾਉਣ ਦੇ ਲਈ 7 ਅਕਤੂਬਰ ਨੂੰ ਮੱਖ ਮੰਤਰੀ ਦੇ ਰਹਾਇਸ਼ ਘਿਰਨਗੇ ਅਤੇ 12 ਅਕਤੂਬਰ ਨੂੰ ਪੰਜਾਬ ਪਰ ਦੇ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਲੁਧਿਆਣਾ ਵਿਖੇ ਸ਼ਨੀਵਾਰ ਨੂੰ ਕਰਨੈਲ ਸਿੰਘਾ ਇਸਡੂ ਭਵਨ ਵਿੱਚ ਮੋਰਚੇ ਦੇ ਹਰਿੰਦਰ ਸੰਗਾ ਲੱਖੋਵਾਲ ਜੰਗਵੀਰ ਸੰਗਾ ਚਾਣ ਅਤੇ ਬੋਗ ਸੰਗਾ ਮਾਨਸਾ ਦੇ ਪ੍ਰਧਾਨਗੀ ਹੇਠਾਂ ਉਹੀ ਮੀਟਿੰਗ ਨੇ ਵਿੱਚ ਆ ਇਹ ਵੱਡਾ ਫੈਸਲਾ ਲਿਆ ਗਿਆ ਮੀਟਿੰਗ ਦੇ ਦੌਰਾਨ ਆਗੂਨ ਦੱਸਿਆ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਚੋਣ ਦੇ ਬੇਕਦਰੀ ਉਰੀਆ ਤੇ ਜਹਦੇ ਕਾਰਨ ਕਿਸਾਨ ਕਾਜਲ ਖਵਾਰ ਹੋ ਰਹੇ ਹਨ ਪੰਜਾਬ ਦੇ ਕਿਸਾਨਾਂ ਦਲੇ ਵੱਡੇ ਚੇਤਾਵਨੀ ਕੱਲ ਤੋਂ ਵਿਗੜੇਗਾ ਮੌਸਮਾ ਚੋਣੇ ਦੀ ਕਟਾਈ ਤੇ ਲੱਗ ਸਕਦੇ ਆ ਬ੍ਰੇਕ ਆ ਪੰਜਾਬ ਦੇ ਕਿਸਾਨਾਂ ਦੇ ਲਈ ਵੱਡੀ ਚੇਤਾਵਨੀਾਂ ਸੁਭਰ ਵਿੱਚ ਆ ਕੱਲ੍ਹ ਤੋਂ ਮੌਸਮ ਦਾ ਮિજાਜ ਵਿਗੜ ਸਕਦਾ ਹੈ ਅਤੇ ਇਸ ਦੇ ਨਾਲ ਝੋਨੇ ਦੀ ਕਟਾਈ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਸ ਤੋਂ ਇਲਾਵਾ ਮੰਡਗਾਂ ਦੇ ਅੰਦਰ ਵੀ ਕਿਸਾਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ ਤੇ ਮੌਸਮ ਵਿਭਾਗ ਨੇ ਅਲਰਟ ਮਗਰੋਂ ਕਿ ਕਿਸਾਨਾਂ ਦੇ ਸਾਹ ਸੁਤੇ ਗਿਆਨਾਂ ਦਰਸਾ ਲ ਮੌਸਮ ਵਿਭਾਗ ਨੇ 8 ਅਤੇ 9 ਅਕਤੂਬਰ ਨੂੰ ਪੰਜਾਬ ਤੇ ਹਰਿਆਣਾ ਵਿੱਚ ਆ ਕੌਜਾ ਥਾਮਾਂ ਤੇ ਹਲਕਾ ਮੀਂਹ ਪੈਣ ਦੀ ਪੁਸ਼ਟੀਨ گوئی ਕੀਤੀ ਗਈ ਹੈ ਮੌਸਮਾ ਬਗਿਆਨੀਆਂ ਦੇ ਅਨੁਸਾਰ ਸਵੇਰੇ ਦੇ ਦੱਖਣ ਪੱਛਮਾ ਖੇਤਰ ਦੇ ਵਿੱਚਾਂ ਮੀਂਹ ਪੈ ਸਕਦਾ ਜਦਕਿ ਹੋਰਾਂ ਖੇਤਰਾਂ ਦੇ ਵਿੱਚਾਂ ਮੌਸਮਾ ਖੁਸ਼ਕ ਰਹਿਗਾ ਤੇ ਜੇਕਰ ਮੀਂਹ ਪਿਆ ਤਾਂ ਤਾਪਮਨ ਦੇ ਵਿੱਚਾਂ 1 ਤੋਂ 2 ਡਿਗਰੀ ਸੈਲਸੀਅਸ ਤੱਕ ਦੀ ਗਰਾਵਟ ਦਰਜ ਕੀਤੀ ਜਾ ਸਕਦੀ ਹੈ। ਅਗਲੀ ਵੱਡੀ ਖਬਰ ਅਜੀਬੋ ਗਰੀਬਾ ਪੰਚਾਇਤ ਪੰਜਾਬ ਦੇ ਪਿੰਡ ਦੇ ਵਿੱਚਾਂ 5000 ਤੋਂ ਬਾਅਦ ਦਾ ਪ੍ਰਵਾਸੀ ਵੋਟਾਂ ਪੰਜਾਬੀਆਂ ਦੇ ਸਰਪ 900 ਵੋਟ ਪੰਜਾਬ ਦੇ ਅੰਦਰ ਆ ਹੋ ਰੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲੀ ਵੱਡੀ ਰਿਪੋਰਟ ਸਾਹਮਣੇ ਆਈਆ ਪੰਜਾਬ ਦਾ ਇੱਕ ਅਜੀਹਾ ਪਿੰਡ ਹੈ ਜਿੱਥੇ ਪੰਜਾਬੀਆਂ ਦੀ ਵੋਟ ਤਾਂ ਸਿਰਫ 900 ਦੇ ਕਰੀਬ ਹੈ ਪਰ ਪ੍ਰਵਾਸੀਆਂ ਦੇ ਵੋਟ ਤੁਨ ਦਾ ਦੇ ਕੇ 5000 ਤੋਂ ਵੀ ਵੱਧ ਹੈ ਇਸ ਦੇ ਨਾਲ ਮੋਹੱਲੇ ਬਲਾਕ ਦੇ ਅਧੇਨਾ ਪੈਂਦੇ ਪਿੰਡ ਜਗਤਪੁਰਾ ਦੇ ਵਿੱਚ ਅਜੀਬੋ ਗਰੀਬਾ ਸਥਿਤੀ ਬਣ ਗਿਆ ਤੇ ਉਧਰ ਚੋਣ ਕਮਿਸ਼ਨਰ ਕਮਲਾ ਚੌਧਰੀ ਨੇ ਚੋਣਾ ਕਰਵਾਉਣ ਤੇ ਰੋਕ ਕੱਲ ਆ ਦਿੱਤਾ ਤੇ ਹੁਣ ਇਸ ਪਿੰਡ ਦਾ ਚੋਣਾ 15 ਅਕਤੂਬਰ ਨੂੰ ਨਹੀਂ ਹੋਣ ਗੀਆਂ ਚੋਣ ਕਮਿਸ਼ਨਰ ਨੇ ਜਿਲਾ ਚੋਣਾਂ ਸਨ ਦਿੱਤੇ ਗੇ ਹੁਕਮਾਂ ਦੇ ਵਿੱਚ ਪਿੰਡ ਜਗਤਪੁਰਾ ਦੀ ਵੋਟਰਾਂ ਲਿਸਟ ਵਿੱਚ ਸ਼ਾਮਲ ਕੀਤੀਆਂ ਗਈਆਂ ਗੁਰੂ ਨਾਨਕਾ ਕਲੋਨੀ ਦੀਆਂ ਵੋਟਾਂ ਨੂੰ ਵੋਟਰ ਸੂਚੀ ਦੇ ਵਿੱਚੋਂ ਹਟਾ ਕੇ ਪੰਚਾਇਤੀ ਚੋਣਾ ਕਰਵਾਏ ਜਾਣ ਦੇ ਲਈ ਕਿਹਾ ਹੈ ਮਹਾਲੇ ਦੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਰਾਜ ਚੋਣ ਕਮਿਸ਼ਨਰ ਦੇ ਨਿਰਦੇਸ਼ਾਂ ਦੇ ਮੱਦੇਨਜ਼ਰ ਐਸ ਡੀ ਐਮਾ ਮੁਹਾਲੇ ਨੂੰ ਪੱਤਰ ਲਿਖ ਕੇ ਜਗਤਪੁਰਾ ਦੇ ਪੰਚਾਇਤੀ ਚੋਣਾਂ ਤੁਰੰਤ ਰੱਦ ਕਰਨ ਦੇ ਲਈ ਆਖਿਆ ਹੈ ਜਗਤਪੁਰਾ ਦੇ ਭੰਗ ਹੋਈ ਪੰਚਾਇਤ ਵਿੱਚ ਅਧਾਕਾਰਤ 5 ਵਜੇ ਸਿਵਾਮਾ ਨਮਾਉਂਦੇ ਰਹੇ ਕੁਲਦੀਪ ਸੰਗਤ ਨੂੰ ਆਦੇ ਵੱਲੋਂ ਆਪਣੇ ਵਕੀਲਾ ਬੀਕੇ ਛਾਲ ਦਿਦ ਰਾਹੀਂ ਚੋਣ ਕਮਿਸ਼ਨਰ ਦੇ ਕੋਲ ਪਾਰਟੀਸ਼ਨ ਦਾਇਰ ਕੀਤੀ ਗਈ ਸੀ ਅਗਲੀ ਵੱਡੀ ਖਬਰ ਹੈ ਕੇਂਦਰੀ ਕਰਮਚਾਰੀਆਂ ਨੂੰ ਨਵਰਾਤਰੀ ਦੇ ਵਿੱਚਾ ਮਿਲੇਗਾ ਪੈਨਸ਼ਨ ਦਾ ਤੋਹਫਾ ਯੂਨੀਫਾਈਡ ਪੈਨਸ਼ਨ ਸਕੀਮ ਨੂੰ ਲੈ ਕੇ ਇਸ ਦਿਨ ਜਾਰੀ ਹੋਵੇਗਾ ਨੋਟੀਫਿਕੇਸ਼ਨ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਦੇ ਲਈ ਯੂਨੀਫਾਈਡ ਪੈਨਸ਼ਨ ਸਕੀਮ ਬੈਸਤ 1 April 2025 ਤੋਂ ਲਾਗੂ ਹੋਵੇਗੀ ਪਰ ਇਸ ਨੂੰ ਪਹਿਲਾਂ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਸਰਕਾਰ ਤਿਆਰਨ ਦੇ ਸੀਜ਼ਨ ਦੇ ਦੌਰਾਨ 15 October 2024 ਨੂੰ ਯੂਨੀਫਾਈਡ ਪੈਨਸ਼ਨ ਸਕੀਮ ਬਾਰੇ ਨੋਟੀਫਿਕੇਸ਼ਨਾਂ ਜਾਰੀ ਕਰ ਸਕਦੇ ਨਵੀਂ ਪੈਨਸ਼ਨ ਸਕੀਮਾ ਸਰਕਾਰ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਇੱਕ ਅਤਿਅਸ ਨੂੰ ਅੰਤਮ ਰੂਪ ਦਿੱਤਾ ਜਾ ਸਕਦਾ ਜਿਸ ਦੇ ਨਾਲ ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਵੱਡਾ ਲਾਭ ਮਿਲੇਗਾ ਮਸ਼ਹੂਰਾ ਪੰਜਾਬੀ ਗਾਇਕ ਦੀ ਗੱਡੀ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਭਿਆਨਕ ਸੜਕ ਹਾਦਸਾ ਦੋ ਕਲਾਕਾਰਾਂ ਦੀ ਮੌਤ ਬੈਸਨੂ ਦੇਵੀ ਤੋਂ ਭਗਵਤੇ ਜਾਗਰਣ ਕਰਕੇ ਵਾਪਸ ਪਰਤ ਰਹੇ ਭਜਨ ਮੰਡਲੀ ਦੇ ਟੈਂਪੋ ਟਰੈਵਲਰ ਅchnatur ਬਾਰ ਸਵੇਰੇ ਬਾਗਪੋਰਾ ਨੇੜੇ ਟਰਾਲੀ ਦੇ ਨਾਲ ਜਾ ਟਕਰਾ ਗਈ ਇਸ ਹਾਰਸਿਦ ਬੈਚ ਜਾਂ ਮੰਡਲੀ ਦੇ ਦੋ ਲੋਕਾਂ ਦੀ ਮੌਤ ਹੋ ਗਈ ਜਰਕੇ ਟੈਂਪੂ ਚਾਲਕ ਨਿਰਜ ਕੁਮਾਰ ਗੰਭੀਰ ਜ਼ਖਮੀ ਹੋ ਗਿਆ ਤੇ ਥਾਣਾ ਹਰਿਆਣਾ ਦੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰ ਦੇ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਭੁਪੇਂਦਰਾ ਬੱਬਲ ਆਪਣੀ ਭਜਨ ਮੰਡਲੀ ਦੇ ਨਾਲ ਵੈਸ਼ਨੂ ਦੇ ਵਿਵੇਕ ਧਾਰਮਿਕ ਪ੍ਰੋਗਰਾਮ ਕਰਨ ਲਈ ਚੰਡੀਗੜ੍ਹ ਤੋਂ ਟੈਂਪੂ ਯਾਤਰਾਤੇ ਗਏ ਹੋਏ ਸਨ 2 ਘੰਟੇ ਭਗਵਤ ਜਗਰਨ ਕੀਤਾ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਬਬਲ ਹਵਾਈ ਜਹਾਜ਼ ਦੇ ਰਾਹੀਂ ਚੰਡੀਗੜ੍ਹ ਦੇ ਲਈ ਰਵਾਨਾ ਹੋ ਗਏ ਜਦੋਂ ਕਿ ਮੰਡਲੀ ਦੇ ਹੋਰ ਆ ਕਲਾਕਾਰ ਟੈਂਪੂ ਯਾਤਰਾ ਦੇ ਵਿੱਚ ਚੰਡੀਗੜ੍ਹ ਦੇ ਲਈ ਰਵਾਨਾ ਹੋਏ ਟੈਂਪੂ ਟਰੈਵਲ ਨੀਰਜ ਕੁਮਾਰ ਚਲਾ ਰਿਹਾ ਤੇ ਜਦੋਂ ਸਵੇਰੇ 6:30 ਵਜੇ ਦੇ ਕਰੀਬ ਬਾਗਪੁਰ ਦੇ ਨੇੜੇ ਪਹੁੰਚੇ ਤਾਂ ਡਰਾਈਵਰ ਨੂੰ ਨੀਂਦ ਆ ਗਈ ਤੇ ਅਚਾਨਕ ਟੈਂਪੂ ਟਰਾਲੀ ਦੇ ਨਾਲ ਜਾ ਟਕਰਾਇਆ ਤੇ ਤੇਜ਼ ਰਫ਼ਤਾਰ ਦੇ ਕਾਰਨ ਟੈਂਪੋ ਟਰੈਵਲ ਆ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਐਸਾ ਦਰਦਨਾਕ ਹਾਦਸਾ ਬੈਚਾ ਮੰਡਲੀ ਦੇ ਕਲਾਕਾਰ 파ਰਸ ਅਤੇ ਸ਼ੁਭਮ ਵਾਸੀ ਚੰਡੀਗੜ੍ਹ ਦੇ ਮੌਕੇ ਤੇ ਮੌਤ ਹੋ ਗਏ ਤੇ ਡਰਾਈਵਰ ਅਨਿਰਜ ਕੁਮਾਰ ਵੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ। ਕੋਲਾ 12 ਲੋਕਾਂ ਦਾ ਸਬਾਰ ਸੰਤ ਤੇ ਬਾਕਾਂ ਨੂੰ ਮਾਮੂਲੀ ਸੱਟਾਂ ਲੱਗਣ ਤੇ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਐਸੋ ਦਰਨ ਥਾਣਾ ਹਰਿਆਣਾ ਦੇ ਪਲਾਸ ਨੇ ਮੌਕੇ ਤੇ ਸ਼ਨੀਵਾਰ ਸਵੇਰੇ ਪਿੰਡ ਬਾਗਪੁਰ ਨੇੜੇ ਹੋਈ ਛੜਕੀ ਹਾਦਸੇ ਦੇ ਦੋਸ਼ੀ ਟੈਂਪੋ ਟਰੈਵਲਰ ਚਾਲਕ ਦੇ ਬਰਾਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਗਲੀ ਵੱਡੀ ਖਬਰ 1 ਨਵੰਬਰ ਤੋਂ ਬਾਦਲਣਗੇ ਕੈਨੇਡਾ ਦੇ ਵਰਕ ਪਰਮਿਟ ਨੈਜਮਾ ਪੰਜਾਬੀਆਂ ਤੇ ਪਵੇਗਾ ਸਿੱਧਾ ਅਸਰ। ਤਾਂ ਦੋਸਤੋ ਵੱਡੀ ਖਬਰ ਆ ਚੁੱਕਿਆ ਕੈਨੇਡਾ ਦੇ ਜਸਟਨ ਟਰੂਡੋ ਸਰਕਾਰ ਬਾਹਰ ਆਉਣ ਵਾਲੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਲਈ ਹਰ ਰੋਜ਼ ਨਵੇਂ ਨਾਂ ਜਮ੍ਹਾਂ ਵੱਧ ਰਹੀਆ ਤੇ ਹੁਣ ਕੈਨੇਡਾ ਨੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਕ ਕਰਨ ਦੇ ਲਈ ਵਰਕ ਪਰਮਟਾ ਪ੍ਰੋਗਰਾਮ ਨੇ ਬੈਤ ਵੱਡਾ ਬਦਲਾਅ ਕਰਨ ਦਾ ਐਲਾਨ ਕੀਤਾ ਹੈ ਇਹ ਬਦਲਾ 1 ਨਵੰਬਰ 2024 ਤੋਂ ਲਾਗੂ ਹੋਣਗੇ ਤੇ ਇਹ ਪੋਸਟ ਗ੍ਰੈਜੂਏਟ ਵਰਕ ਪਰਮਟਾ ਪ੍ਰੋਗਰਾਮ ਦੇ ਲਈ ਲਾਗੂ ਕੀਤੇ ਗਏ ਹਨ ਕਿਉਂਕਿ ਭਾਰਤ ਤੋਂ ਵਿਦੇਸ਼ ਜਾਣ ਵਾਲੇ ਲੋਕਾਂ ਦੇ ਲਈ ਕੈਨੇਡਾ ਇੱਕ ਪਸੰਦੀਦਾ ਟਿਕਾਣਾ ਹੈ ਦੇ ਲਈ ਇਨਾ ਤਉ ਦੇ ਲੰਗਾ ਦਾ ਭਾਰਤਨਾ ਖਾਸ ਕਰਕੇ ਪੰਜਾਬੀਆਂ ਤੇ ਵੱਡਾ ਅਸਰ ਪਵੇਗਾ ਹਾਲ ਹੀ ਦੇ ਸਾਲਾਂ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਅਸਥਾਈ ਵਿਦੇਸ਼ੀ ਕਾਮਿਆਂ ਸਮੇਤ ਕੈਨੇਡਾ ਆਉਣ ਵਾਲੇ ਅਸਥਾਈ ਨਿਵਾਸੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਪ੍ਰਵਾਸੀਆਂ ਦੀ ਗਿਣਤੀ ਨੂੰ ਲੈ ਕੇ ਕੈਨੇਡੀਅਨ ਭਾਈਚਾਰੇ ਦੇ ਵਿੱਚ ਵਿਰੋਧ ਦਾ ਵਧ ਰਿਹਾ ਹੈ ਤੇ ਇਸ ਸਬੰਧੇ ਕੈਨੇਡਾ ਦੀ ਸਰਕਾਰ ਇਹਨਾਂ ਨਿਯਮਾਂ ਨੂੰ ਇਨ੍ਹਾਂ ਤਵਦੀਲਿਆਂ ਨੂੰ ਹਲਕ ਕਰਨ ਦੇ ਲਈ ਨਵੇਂ ਨਿਯਮਾਂ ਲਾਗੂ ਕਰਨ ਜਾ ਰਹੀਆ ਤਾਂ ਜੋ ਇਮੀਗ੍ਰੇਸ਼ਨ ਦੇ ਮਾਤਰਾ ਨੂੰ ਕੰਟਰੋਲ ਦੇ ਵਿੱਚ ਆ ਕੀਤਾ ਜਾ ਸਕੇ